ਸਤਿ ਸ੍ਰੀ ਅਕਾਲ ਦੋਸਤੋ, ਮੈਂ ਧਰਮਾ ਹਰਿਆਊ ਅਰੰਗ ਪੰਜਾਬ ਦੇ ਯੂਟਿਊਬ ਚੈਨਲ ਤੋਂ ਆਪ ਸਭ ਦਾ ਸਵਾਗਤ ਕਰਦਾ। ਸੋ ਜਿਸ ਤਰ੍ਹਾਂ ਅਸੀਂ ਸਮੇਂ-ਸਮੇਂ ਤੇ ਤੁਹਾਨੂੰ ਕਬੱਡੀ ਦੇ ਖਿਡਾਰੀਆਂ ਨੂੰ ਮਿਲਾਉਂਦੇ ਹਾਂ, ਪ੍ਰਮੋਟਰਾਂ ਨੂੰ ਮਿਲਾਉਂਦੇ ਹਾਂ, ਜਾਂ ਕਿਸੇ ਕਲਾਕਾਰ ਜਾਂ ਕਿਸੇ ਵੀ ਖੇਤਰ ਦੇ ਵਿੱਚ ਜੁੜੀ ਹੋਈ ਮਹਾਨ ਸ਼ਖਸੀਅਤ ਦੇ ਰੂਬਰੂ ਕਰਵਾਉਂਦੇ ਹਾਂ, ਉਸੇ ਲੜੀ ਤਹਿਤ ਅੱਜ ਸਾਡੇ ਨਾਲ ਨੇ ਸਰਦਾਰ ਜਤਿੰਦਰ ਜੌਹਲ ਜੀ USA ਅਤੇ ਉਹਨਾਂ ਦੇ ਨਾਲ ਸੁੱਖਾ ਚੱਕਾਂ ਵਾਲਾ, ਜਿਨ੍ਹਾਂ ਨੂੰ ਖੇਡ ਜਗਤ ਦੇ ਵਿੱਚ ਜੇ ਆਖਿਆ ਜਾਵੇ ਤਾਂ ਸਭ ਤੋਂ ਵੱਧ ਮਾਣ ਸਨਮਾਨ ਖਿਡਾਰੀਆਂ ਦੇ ਅਤੇ ਕਮੈਂਟੇਟਰਾਂ ਦੇ, ਕਬੱਡੀ ਦੇ ਨਾਲ ਜੁੜੀ ਹੋਈ ਕਿਸੇ ਵੀ ਸ਼ਖਸੀਅਤ ਦੇ ਜੇ ਗੱਲ ਕਰੀਏ, ਸਭ ਤੋਂ ਵੱਧ ਮਾਣ ਸਨਮਾਨ ਨੇ ਜਿਹੜੇ ਉਹ ਇਸ ਜੋੜੀ ਨੇ ਕੀਤੇ ਨੇ। ਸੋ ਆਓ ਆਪਾਂ ਇਹਨਾਂ ਤੋਂ ਜਾਣਦੇ ਹਾਂ ਕਿ ਜਿਸ ਤਰ੍ਹਾਂ ਹਰ ਸਾਲ ਇਹ ਜੰਡਿਆਲਾ ਮੰਝਗੀ ਦੇ ਵਿੱਚ ਵੱਡਾ ਕਬੱਡੀ ਕੱਪ ਕਰਵਾਉਂਦੇ ਨੇ, ਇਸ ਸਾਲ ਵੀ 22 ਅਤੇ 23 ਫਰਵਰੀ ਨੂੰ ਉਹ ਕਬੱਡੀ ਕੱਪ ਕਰਵਾਇਆ ਜਾਵੇਗਾ ਦੁਆਬੇ ਦੀ ਧਰਤੀ ਜੰਡਿਆਲਾ ਮੰਝਗੀ ਦੇ ਵਿੱਚ। ਸੋ ਕਿਸ ਤਰ੍ਹਾਂ ਦੀਆਂ ਚੱਲ ਰਹੀਆਂ ਨੇ ਤਿਆਰੀਆਂ ਅਤੇ ਕੀ ਕੁਝ ਹੋਣ ਵਾਲਾ ਇਸ ਸਾਲ ਇਸ ਕਬੱਡੀ ਕੱਪ ਦੇ ਉੱਪਰ, ਆਓ ਫਿਰ ਆਪਾਂ ਜਾਣਦੇ ਹਾਂ ਇਸ ਜੋੜੀ ਤੋਂ, ਬਾਈ ਜਤਿੰਦਰ ਜੌਹਲ ਜੀ ਅਤੇ ਸੁੱਖਾ ਚੱਕਾਂ ਵਾਲਾ ਜੀ ਤੋਂ। ਹਾਂਜੀ ਜੌਹਲ ਸਾਹਿਬ, ਸਭ ਤੋਂ ਪਹਿਲਾਂ ਸਾਡੇ ਚੈਨਲ ਦੇ ਵੱਲੋਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਭਾਅ ਜੀ, ਤੁਹਾਡਾ ਆਉਣ ਦਾ ਬਹੁਤ ਥੈਂਕ ਯੂ ਜੀ। ਹਾਂਜੀ ਭਾਅ ਜੀ, ਕਿਸ ਤਰ੍ਹਾਂ ਚੱਲ ਰਹੀਆਂ ਨੇ ਇਸ ਵਾਰ 2020 ਦੇ ਕਬੱਡੀ ਕੱਪ ਦੀਆਂ ਤਿਆਰੀਆਂ? ਫੁੱਲ ਤਿਆਰੀਆਂ ਚੱਲਦੀਆਂ ਜੀ ਜੀ। ਅਤੇ ਹਾਂਜੀ ਭਾਅ ਜੀ, ਅਸੀਂ ਹੁਣ ਤੁਹਾਡੇ ਤੋਂ ਪੁੱਛਣਾ ਚਾਹਾਂਗੇ ਕਿ ਇਸ ਸਾਲ ਕਿਹੜੀਆਂ ਕਿਹੜੀਆਂ ਟੀਮਾਂ ਖੇਡਣਗੀਆਂ ਅਤੇ ਕਿੰਨੇ ਇਨਾਮ ਰੱਖੇ ਆ ਜੀ? ਭਾਈ, ਸਭ ਤੋਂ ਪਹਿਲਾਂ ਤਾਂ ਤੁਹਾਡਾ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਵੀ ਤੁਸੀਂ ਸਾਡੇ ਕੋਲ ਆਏ ਹਾਂ ਚੱਲ ਕੇ ਇੰਟਰਵਿਊ ਲਈ, ਅਤੇ ਸਾਰੇ ਦਰਸ਼ਕਾਂ ਦਾ ਜਿਹੜੇ ਇਸ ਚੈਨਲ ਨੂੰ ਦੇਖ ਰਹੇ ਆ, ਤਹਿ ਦਿਲੋਂ ਧੰਨਵਾਦ ਆ। ਦੂਸਰਾ ਭਾਅ ਜੀ, ਆਪਣੇ ਇਸ ਨੌਰਥ ਇੰਡੀਆ ਕਬੱਡੀ ਫੈਡਰੇਸ਼ਨ ਦੇ ਮੈਚ ਹੋਣਗੇ, ਜਿਹਦੇ ਵਿੱਚ ਚੋਟੀ ਦੀਆਂ 8 ਟੀਮਾਂ ਦੇ ਮੁਕਾਬਲੇ ਤੁਹਾਨੂੰ ਦੇਖਣ ਨੂੰ ਮਿਲਣਗੇ, ਅਤੇ ਜਿਹੜੇ ਮੁਕਾਬਲੇ ਆ ਪੂਰੇ ਕਹਿ ਲਓ ਇੱਕ ਕਿਸਮ ਦੇ ਸਾਨਾ ਦੇ ਭੇਟ ਜਿਹੜੇ ਹੋਣਗੇ, ਸਾਰੇ ਦਰਸ਼ਕਾਂ ਨੂੰ ਉਹ ਦੇਖਣ ਨੂੰ ਮਿਲਣਗੇ ਜੀ। ਅਤੇ ਬੈਸਟਾਂ ਦੇ ਲਈ ਕੀ ਕੁਝ ਰੱਖਿਆ ਅਤੇ ਜੱਫੇ ਰੇਡਾਂ 'ਤੇ ਲੱਗਣ ਵਾਲੇ ਜਿਹੜੇ ਹੁੰਦੇ ਆ ਉਹਦਾ ਕੀ ਹਿਸਾਬ ਕਿਤਾਬ ਹੋਣਾ ਜੀ? ਇਹ ਭਾਅ ਜੀ, ਜਿਹੜਾ ਪ੍ਰਾਈਜ਼ਾਂ ਦੇ ਵਿੱਚ ਜਿਹੜਾ ਪਹਿਲਾ ਪ੍ਰਾਈਜ਼ ਆ ਉਹ 2.5 ਲੱਖ ਰੁਪਏ ਆ, ਦੂਸਰਾ ਪ੍ਰਾਈਜ਼ 2 ਲੱਖ ਰੁਪਏ, ਅਤੇ ਬੈਸਟਾਂ ਦੇ ਲਈ ਵੀ ਜਿਹੜੇ ਬੈਸਟ ਰੇਟ ਜਾਫੀ ਨੂੰ ਮੋਟਰਸਾਈਕਲ ਦਿੱਤੇ ਜਾਣਗੇ, ਅਤੇ ਉਸ ਤੋਂ ਇਲਾਵਾ ਜਿਹੜੇ 20 ਤੋਂ 25 ਮੋਟਰਸਾਈਕਲ ਆ, ਇਸ ਤੋਂ ਵੱਧ ਵੀ ਹੋ ਸਕਦੇ ਆ, ਜਿਹੜੇ ਕਿ ਖਿਡਾਰੀਆਂ ਦੇ ਉਹਨਾਂ ਦੇ ਜੱਫਿਆਂ 'ਤੇ ਰੇਡਾਂ 'ਤੇ ਲੱਗਣਗੇ, ਜਿਹੜੇ ਕਿ ਅਸੀਂ ਪਹਿਲੇ ਮੈਚ ਤੋਂ ਲੈ ਕੇ ਐਂਡ ਵਾਲੇ ਫਾਈਨਲ ਤੱਕ ਲਾਵਾਂਗੇ, ਜਿਹਦੇ ਵਿੱਚ ਹਰੇਕ ਪਲੇਅਰ ਨੂੰ ਮੌਕਾ ਮਿਲੇ। ਅਤੇ ਸਭ ਤੋਂ ਮੇਨ ਗੱਲ ਵੀ ਅਸੀਂ ਜਿਹੜੇ ਇਹ ਨਵੇਂ ਪਲੇਅਰਾਂ ਦੇ ਉੱਤੇ ਜਿਹੜੇ ਆ ਯੰਗ ਪਲੇਅਰ ਇਸ ਟਾਈਮ ਖੇਡ ਰਹੇ ਆ, ਹਰੇਕ ਟੀਮ ਦੇ ਵਿੱਚ ਉਹਨਾਂ ਨੂੰ ਮੌਕਾ ਦਿੱਤਾ ਜਾਊਗਾ ਵੀ ਕੋਈ ਵੀ ਪਲੇਅਰ ਜਿਹੜਾ ਇੱਦਾਂ ਦਾ ਨਾ ਰਹੂਗਾ ਵੀ ਜਿਹਦੀ ਅਸੀਂ ਪਰਫੋਰਮੈਂਸ ਵਧੀਆ ਹੋਈ ਅਤੇ ਉਹਦਾ ਮਾਣ ਸਨਮਾਨ ਨਾ ਕਰਾਂਗੇ, ਜਿਸ ਤੋਂ ਉਸ ਨੂੰ ਹੋਰ ਵੀ ਉਤਸ਼ਾਹ ਮਿਲੂਗਾ ਵੀ ਅੱਗੇ ਤੋਂ ਵਧੀਆ ਖੇਡੇ, ਜਿੱਦਾਂ ਬਾਕੀ ਖਿਡਾਰੀਆਂ ਦੇ ਨਾਂ ਹੁਣ ਬਣੇ ਆ ਇਸ ਟਾਈਮ, ਅਤੇ ਉਹ ਵੀ ਆਪਣਾ ਨਾਂ ਜਿਹੜਾ ਉੱਪਰ ਤੱਕ ਲਿਆਉਣ, ਅਤੇ ਉਹਨਾਂ ਦੇ ਅਸੀਂ ਵੱਧ ਤੋਂ ਵੱਧ ਜਿਹੜਾ ਮੌਕਾ ਦੇਵਾਂਗੇ ਕੋਈ ਵੀ ਪਲੇਅਰ ਜਿਹੜਾ ਮਿਸ ਨਾ ਹੋਵੇ। ਵਾਹ ਜੀ ਵਾਹ, ਬੜੀ ਵਧੀਆ ਸੋਚ ਭਾਈ ਤੁਹਾਡੀ ਇਸ ਵਾਸਤੇ ਵੀ, ਕਿਉਂਕਿ ਨਵੇਂ ਖਿਡਾਰੀਆਂ ਨੂੰ ਉੱਪਰ ਚੁੱਕਣਾ, ਚਲ ਖੈਰ ਪੁਰਾਣਿਆਂ ਦਾ ਮਾਣ ਸਨਮਾਨ ਕਰਨਾ ਉਹੀ ਬਣਦਾ, ਪਰ ਜਿਹੜੇ ਲੋੜਵੰਦ ਜਿਹੜੇ ਉੱਠ ਰਹੇ ਆ ਉਹਨਾਂ ਨੂੰ ਹੋਰ ਉਤਸ਼ਾਹ ਮਿਲਣਾ, ਹੋਰ ਬਲ ਮਿਲਣਾ, ਅਤੇ ਉਹਨਾਂ ਨੂੰ ਵੇਖ ਕੇ ਹੋਰ ਖਿਡਾਰੀਆਂ ਦੇ ਵਿੱਚ, ਹੋਰ ਨੌਜਵਾਨਾਂ ਦੇ ਵਿੱਚ ਵੀ ਜਿਹੜਾ ਇੱਕ ਉਤਸ਼ਾਹ ਹੋਣਾ ਵੀ ਅਸੀਂ ਵੀ ਖੇਡ ਕਬੱਡੀ ਦੇ ਨਾਲ ਜੁੜੀਏ। ਸੋ ਇਸ ਤੋਂ ਇਲਾਵਾ ਇਸ ਵਾਰੀ ਮਾਣ ਸਨਮਾਨ ਤੁਸੀਂ ਕਿੰਨਾ ਕਿੰਨਾ ਦੇ ਕਰ ਰਹੇ ਹੋ ਜੀ? ਇਸ ਤੋਂ ਇਲਾਵਾ ਭਾਅ ਜੀ, ਜਿਹੜੇ ਮਾਣ ਸਨਮਾਨ ਆ ਕੁਛ ਕਬੱਡੀ ਪਲੇਅਰਾਂ ਦੇ ਹੋਣਗੇ, ਜਿਹਨਾਂ ਮੋਟਰਸਾਈਕਲ ਨਾਲ ਸਨਮਾਨਿਤ ਕੀਤਾ ਜਾਊਗਾ, ਅਤੇ ਉਹਦੇ ਵਿੱਚ ਕੁਛ ਕਮੈਂਟੇਟਰ ਵੀ ਆ, ਸਤਪਾਲ ਮਾਈ ਖੜਿਆਲ, ਡਾਕਟਰ ਸੁਦਰਸ਼ਨ ਸਿੰਘ ਚਾਹਲ ਅਤੇ ਰੁਪਿੰਦਰ ਜਲਾਲ ਵੀ ਆ, ਜਿਨ੍ਹਾਂ ਨੂੰ ਸਾਰਿਆਂ ਨੂੰ ਇੱਥੇ ਗੱਡੀਆਂ ਦੇ ਨਾਲ ਸਨਮਾਨਿਤ ਕੀਤਾ ਜਾਊਗਾ ਵੱਖ ਵੱਖ ਅਹੁਦੇਦਾਰਾਂ ਵੱਲੋਂ ਜੀ। ਵਾਹ ਜੀ ਵਾਹ, ਬੜੀ ਵਧੀਆ ਸੋਚ, ਜੋ ਕਿ ਤੁਸੀਂ ਮਾਨ ਸਨਮਾਨ ਵੀ ਕਬੱਡੀ ਖਿਡਾਰੀਆਂ ਦੇ ਅਤੇ ਨਾਲ ਕਮੈਂਟੇਟਰਾਂ ਦੇ, ਬਹੁਤ ਵਧੀਆ ਤੁਹਾਡਾ ਉਪਰਾਲਾ ਭਾਅ ਜੀ। ਸੋ ਹੁਣ ਜੌਹਲ ਸਾਹਿਬ ਤੁਹਾਡੇ ਤੋਂ ਜਾਣਨਾ ਚਾਹਾਂਗੇ ਕਿ ਇਸ ਵਾਰ ਦਰਸ਼ਕਾਂ ਦੇ ਲਈ ਕੀ ਖਾਸ ਲੈ ਕੇ ਆ ਰਹੇ ਹੋ ਜੀ? ਦਰਸ਼ਕਾਂ ਲਈ ਹੀ ਛੋਟਾ ਹਾਥੀ ਲੈ ਕੇ ਆ ਰਿਹਾ ਅਤੇ 5 LCDs ਲੈ ਕੇ ਆ ਰਿਹਾ, ਪਰ ਜੋ ਸਾਡਾ ਰਿਸ਼ਤੇਦਾਰ ਜਾਂ ਸਾਡੀ ਕਮੇਟੀ ਨਾਲ ਰਿਲੇਟਡ ਆ, ਉਸ ਬੰਦੇ ਨੂੰ ਅਸੀਂ ਛੋਟਾ ਹਾਥੀ ਨਹੀਂ ਕੱਢਾਂਗੇ, ਦੁਬਾਰਾ ਪਰਚੀ ਪਾਈ ਜਾਊਗੀ।
ਜੀ, ਮਤਲਬ ਕਿ ਜਿਹੜਾ ਤੁਹਾਡੇ ਨਾਲ ਸੰਬੰਧਿਤ ਕੋਈ ਵੀ ਇਨਸਾਨ ਹੈ ਜੇ ਉਹਨਾਂ ਨੂੰ ਉਹ ਨਿਕਲਦਾ ਤਾਂ ਉਹਨੂੰ ਨਹੀਂ, ਉਹ ਦੁਬਾਰਾ ਪਰਚੀ ਕੱਢ ਕੇ ਆਮ ਪਬਲਿਕ ਦੇ ਲਈ ਤੁਸੀਂ ਇਹ ਉਤਸ਼ਾਹ ਕੀਤਾ ਜੀ? ਹਾਂਜੀ, ਆਮ ਪਬਲਿਕ ਲਈ ਦੇਵਾਂਗੇ। ਵਾਹ ਜੀ ਵਾਹ, ਵਾਹ ਜੀ ਵਾਹ, ਬਹੁਤ ਵਧੀਆ ਸੋਚ ਭਾਅ ਜੀ ਤੁਹਾਡੀ। ਜਤਿੰਦਰ ਭਾਅ ਜੀ, ਇੱਕ ਤੁਹਾਡੇ ਲਈ ਇੱਕ ਹੋਰ ਸਵਾਲ ਇਹ ਹੈ ਕਿ ਤੁਸੀਂ ਬਾਹਰੋਂ ਕਮਾਈ ਕਰਕੇ ਲਿਆਉਂਦੇ ਹੋ, ਪਿੰਡ ਦੇ ਵਿੱਚ ਆ ਕੇ ਕਬੱਡੀ ਕੱਪ ਕਰਵਾਉਂਦੇ ਹੋ, ਪੂਰੀ ਦੁਨੀਆ ਆਨੰਦ ਮਾਣਦੀ ਹੈ ਇਸ ਖੇਡ ਕਬੱਡੀ ਦੇ ਮਹਾਂਕੁੰਭ ਦਾ। ਸੋ ਇਸ ਦੇ ਨਾਲ ਤੁਸੀਂ ਇੱਕ ਗੱਲ ਦੱਸੋ ਕਿ ਜਿਵੇਂ ਪਿੰਡ ਦੇ ਵਿੱਚ ਕੋਈ ਕੁਸ਼ਤੀ ਦੰਗਲ ਹੁੰਦਾ ਸੀ ਤਾਂ ਲੋਕਾਂ ਦੀ ਸੋਚ ਹੁੰਦੀ ਕਿ ਸਾਡੇ ਪਿੰਡ ਦੇ ਵਿੱਚੋਂ ਕੋਈ ਪਹਿਲਵਾਨ ਪੈਦਾ ਹੋਵੇ, ਕਬੱਡੀ ਦੇ ਟੂਰਨਾਮੈਂਟ ਕਰਵਾਉਂਦੇ ਆ, ਲੋਕਾਂ ਨੂੰ ਇਹ ਹੁੰਦਾ ਵੀ ਸਾਡੇ ਪਿੰਡ ਦੇ ਵਿੱਚੋਂ ਵੀ ਕਬੱਡੀ ਖਿਡਾਰੀ ਪੈਦਾ ਹੋਣ। ਸੋ ਇਹ ਕਬੱਡੀ ਕੱਪ ਕਰਵਾਉਣ ਦੇ ਨਾਲ ਤੁਹਾਨੂੰ ਕਿਸ ਤਰ੍ਹਾਂ ਲੱਗਦਾ ਕਿ ਤੁਹਾਡੇ ਇਸ ਪਿੰਡ ਦੇ ਜੰਡਿਆਲਾ ਮੰਝਗੀ ਦੇ ਵੀ ਕੋਈ ਕਬੱਡੀ ਖਿਡਾਰੀ ਅੱਗੇ ਆਇਆ ਖੇਡਣ ਵਾਸਤੇ? ਭਾਅ ਜਿੱਦਾਂ ਅਸੀਂ 7 ਸਾਲ ਤੋਂ ਕੱਪ ਕਰਵਾਉਂਦੇ ਆ, ਪਹਿਲਾਂ ਇੱਥੇ ਕੋਈ ਖਿਡਾਰੀ ਨਹੀਂ ਹੁੰਦਾ, ਗਰਾਊਂਡ 'ਚ ਜਾਈਦਾ ਅਤੇ 50 ਤੋਂ 55 ਨਿਆਣੇ ਉੱਥੇ ਖੇਡ ਦਿੰਦੇ, 40 ਕਿਲੋ ਵਾਲੇ, 55 ਕਿਲੋ ਵਾਲੇ। ਹਾਂਜੀ, ਅਤੇ ਆਲ ਓਪਨ ਦੇ ਮੁੰਡੇ ਵੀ ਸਾਡੇ ਉੱਥੇ, ਜਿਹਦਾ ਮੁੰਡਾ ਜੱਗਾ ਪੀਤੇ ਹੋਣੀ ਆ, ਜੱਸੀ ਮੁੰਡਾ, ਕਾਫੀ ਮੁੰਡੇ ਹੁਣ ਮੂਹਰੇ ਆ ਰਹੇ ਆ, ਆਉਣ ਦੇ 2-3 ਸਾਲਾਂ ਦੇ ਵਿੱਚ ਇਹ ਵੱਡੇ ਕੰਪੀਟੀਸ਼ਨਾਂ 'ਚ ਖੇਡਣਗੇ। ਜੀ ਜੀ, ਅਤੇ ਇਸ ਕਰਕੇ ਅਸੀਂ ਆਪਣੇ ਪਿੰਡ ਦੇ ਹਰ ਸਾਲ ਇੱਕ ਦੇ ਨਵੇਂ ਮੁੰਡੇ ਦਾ ਮੋਟਰਸਾਈਕਲ ਨਾਲ ਸਨਮਾਨ ਕਰੀਦਾ। ਇਸ ਵਾਰੀ ਆ ਮੁੰਡੇ ਜੱਗੇ ਦਾ ਕਰ ਰਹੇ ਅਸੀਂ ਜੀ, ਆਹ ਮੁੰਡਾ ਜੱਗਾ ਇਸ ਪਿੰਡ ਦਾ ਜੋ ਵਧੀਆ ਖਿਡਾਰੀ ਹੈ, ਵਧੀਆ ਖਿਡਾਰੀ ਹੈ ਇਸ ਸਾਲ ਦਾ। ਜੀ ਜੀ ਜੀ, ਸੋ ਬੜੀ ਵਧੀਆ ਸੋਚ ਹੈ ਭਾਅ ਜੀ ਤੁਹਾਡੀ, ਕਿਉਂਕਿ ਇਹ ਇੱਕ ਜਾਗ ਲੱਗਦਾ ਪਿੰਡ ਦੇ ਵਿੱਚੋਂ, ਇਹਨਾਂ ਨੂੰ ਮੋਟਰਸਾਈਕਲ ਮਿਲਣਾ ਅਤੇ ਇਹਨਾਂ ਨੂੰ ਵੇਖ ਕੇ ਪਿੰਡ ਦੇ ਹੋਰ ਖਿਡਾਰੀਆਂ ਦੇ ਮਨ ਦੇ ਵਿੱਚ ਆਉਣਾ, ਉੱਠਣਗੇ, ਇਹਨਾਂ ਨੂੰ ਦੇਖ ਕੇ ਹੋਰ ਖਿਡਾਰੀ ਉੱਠਣਗੇ। ਹਾਂਜੀ 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 ਬਿਲਕੁਲ, ਕਿਉਂਕਿ ਕੋਈ ਸੂਰਮਾ ਹੋਵੇ, ਦਾਨੀ ਹੋਵੇ, ਪਹਿਲਵਾਨ ਹੋਵੇ, ਕਲਾਕਾਰ ਹੋਵੇ, ਗੀਤਕਾਰ ਹੋਵੇ, ਉਹ ਸਾਡੇ ਪਿੰਡਾਂ ਦੀ ਜਿਹੜੀ ਸ਼ਾਨ ਹੁੰਦੇ ਨੇ, ਪਿੰਡ ਦਾ ਨਾਂ ਚਮਕਾਉਣਾ, ਜਿਹੜੀ ਇੱਕ ਬਹੁਤ ਵੱਡੀ ਗੱਲ ਹੁੰਦੀ ਹੈ। ਸੋ ਤੁਸੀਂ ਵੀ ਇਸ ਚੀਜ਼ ਨੂੰ ਵੱਡਾ ਹੁਲਾਰਾ ਦੇ ਰਹੇ ਹੋ। ਸੋ ਇੱਕ ਸੁੱਕਾ ਭਾਅ ਜੀ ਸਵਾਲ ਤੁਹਾਡੇ ਲਈ ਇਹ ਹੈ ਵੀ ਜਿਸ ਤਰ੍ਹਾਂ ਤੁਸੀਂ ਕਿਉਂਕਿ ਬਾਹਰਲੇ ਮੁਲਕਾਂ ਦੇ ਵਿੱਚ ਜਾ ਕੇ ਸੈੱਟ ਹੋਣਾ ਇੱਕ ਬਹੁਤ ਵੱਡਾ ਇਹ ਬੰਦੇ ਵਾਸਤੇ ਸੰਘਰਸ਼ ਹੁੰਦਾ, ਤੁਸੀਂ ਮਿਹਨਤ ਕੀਤੀ, ਉੱਧਰ ਜਾ ਕੇ ਸੈੱਟ ਹੋਏ ਅਤੇ ਵਧੀਆ ਕਮਾਈ ਕਰਦੇ ਹੋ, ਉੱਧਰੋਂ ਕਮਾਈ ਕਰਕੇ ਅਤੇ ਇੱਧਰ ਇੰਡੀਆ ਦੇ ਵਿੱਚ ਆ ਕੇ ਤੁਸੀਂ ਪੰਜਾਬ ਦੇ ਵਿੱਚ ਵੱਡੇ ਵੱਡੇ ਕਬੱਡੀ ਕੱਪ ਜਿਹੜੇ ਕਰਵਾਉਂਦੇ ਹੋ, ਅਤੇ ਇਹ ਤੁਹਾਨੂੰ ਕਿਸ ਤਰ੍ਹਾਂ ਤੁਹਾਡੇ ਮਨ ਦੇ ਵਿੱਚ ਹੁੰਦਾ ਕਿ ਅਸੀਂ ਆਪਣਾ ਜਿਹੜਾ ਪੈਸਾ ਉਹ ਇਸ ਪਾਸੇ ਲਾਈਏ? ਭਾਅ ਜੀ, ਪਹਿਲਾਂ ਤਾਂ ਅਸੀਂ ਸ਼ੁਕਰਾਨਾ ਕਰਦੇ ਉਸ ਪਰਮਾਤਮਾ ਦਾ ਜਿਹਨੇ ਸਾਨੂੰ ਇਸ ਕਾਬਲ ਸਮਝਿਆ, ਆ ਚੀਜ਼ ਕਰਨ ਦਾ ਮਾਣ ਬਖਸ਼ਿਆ, ਅਤੇ ਉਸ ਤੋਂ ਬਾਅਦ ਜਦੋਂ ਅਸੀਂ ਇੱਥੇ ਆ ਕੇ ਆਪਣੀ ਮਾਂ ਖੇਡ ਕਬੱਡੀ ਦੇ ਲਈ ਇਹ ਚੀਜ਼ ਕਰਦੇ ਹਾਂ ਤਾਂ ਸਾਨੂੰ ਅੰਦਰੋਂ ਦਿਲੋਂ ਬਹੁਤ ਖੁਸ਼ੀ ਮਿਲਦੀ ਆ ਵੀ ਅਸੀਂ ਕੁਛ ਆਪਣੀ ਮਾਂ ਖੇਡ ਕਬੱਡੀ ਵਾਸਤੇ ਕੁਛ ਕਰ ਰਹੇ ਹਾਂ, ਅਤੇ ਬਾਕੀ ਪਰਮਾਤਮਾ ਦੀ ਮਿਹਰ ਆ ਜਿਹੜਾ ਅਸੀਂ ਇੱਥੇ ਤੱਕ ਪਹੁੰਚੇ ਹਾਂ, ਉਹਨਾਂ ਦੇ ਬਾਕੀ ਬੰਦਾ ਮਿਹਨਤ ਆਪ ਕਰਦਾ ਆ ਅਤੇ ਉਦਮ ਪਰਮਾਤਮਾ ਬਖਸ਼ਦਾ ਆ, ਬਾਕੀ ਸਾਨੂੰ ਦਿਲੋਂ ਖੁਸ਼ੀ ਹੁੰਦੀ ਆ ਜਦੋਂ ਅਸੀਂ ਇੱਥੇ ਆ ਕੇ ਕਿਸੇ ਵੀ ਆ, ਚਾਹੇ ਕਿਸੇ ਲੋੜਵੰਦ ਲਈ, ਚਾਹੇ ਟੂਰਨਾਮੈਂਟ ਲਈ ਕੁਛ ਕਰਦੇ ਹਾਂ, ਅਤੇ ਉਹ ਚੀਜ਼ ਦਾ ਜਿਹੜਾ ਸਵਾਦ ਆ ਸਾਨੂੰ ਇਹ ਚੀਜ਼ ਕਰਕੇ ਜਿਹੜਾ ਦਿਲੋਂ ਖੁਸ਼ੀ ਮਿਲਦੀ ਹੈ। ਵਾਹ ਜੀ ਵਾਹ, ਕਿਉਂਕਿ ਇਹ ਇੱਕ ਮਾਣ ਵੀ ਵੱਡਾ ਹੈ ਤੁਹਾਡੇ 'ਤੇ, ਇਸ ਕਰਕੇ ਅਸੀਂ ਅਕਸਰ ਵੀ ਟੂਰਨਾਮੈਂਟ 'ਤੇ ਇਹ ਗੱਲ ਕਰਦੇ ਹੁੰਦੇ ਹਾਂ ਕਿ ਪਿੰਡਾਂ ਸ਼ਹਿਰਾਂ ਕਸਬਿਆਂ ਦੇ ਵਿੱਚ ਕੱਪ ਕਰਾਉਂਦੇ ਨੇ, ਆਪਣੀ ਨੇਕ ਕਮਾਈ ਕਬੱਡੀ ਲੇਖੇ ਲਾਉਂਦੇ ਨੇ, ਅਤੇ ਮਾਂ ਵਾਂਗੂ ਜੋ ਕਰਦੇ ਨੇ ਸਤਿਕਾਰ ਕਬੱਡੀ ਦੇ, ਅਤੇ ਜੁਗ ਜੁਗ ਵੱਸਦੇ ਰਹਿਣ ਇਹ ਸੇਵਾਦਾਰ ਕਬੱਡੀ ਦੇ, ਜੁਗ ਜੁਗ ਵੱਸਦੇ ਰਹਿਣ ਇਹ ਸੇਵਾਦਾਰ ਕਬੱਡੀ ਦੇ। ਸੋ ਭਾਅ ਜੀ, ਇੱਕ ਇਹ ਦੱਸੋ ਵੀ ਜਿਸ ਤਰ੍ਹਾਂ ਤੁਹਾਨੂੰ ਪਰਿਵਾਰ ਦਾ ਇਸ ਦੇ ਵਾਸਤੇ ਕਿਸ ਤਰ੍ਹਾਂ ਸਹਿਯੋਗ ਰਹਿੰਦਾ? ਬਹੁਤ ਵਧੀਆ ਭਾਅ ਜੀ, ਜਣਕ ਅਸੀਂ ਜੋ ਵੀ ਕਰਦੇ ਹਾਂ ਦਿਲੋਂ ਕਰਦੇ ਹਾਂ, ਇੱਕ ਦੂਜੇ ਨਾਲ ਰਲ ਕੇ ਕਰਦੇ ਹਾਂ ਜੀ, ਮਤਲਬ ਕਿ ਪੂਰੇ ਪਰਿਵਾਰ ਦੀ ਉਹਦੇ ਰਜ਼ਾਮੰਦੀ ਸਹਿਮਤੀ ਨਾਲ ਕਰਦੇ ਹਾਂ। ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਜੀ ਜੀ। ਸੋ ਬਹੁਤ ਬਹੁਤ ਧੰਨਵਾਦ ਭਾਅ ਜੀ, ਤੁਸੀਂ ਸਾਡੇ ਜੋਗਾ ਇੰਨਾ ਸਮਾਂ ਕੱਢਿਆ, ਕਿਉਂਕਿ ਸਾਡੀ ਵੀ ਕੋਸ਼ਿਸ਼ ਰਹਿੰਦੀ ਹੈ ਕਿ ਕੋਈ ਵੀ ਕਿਸੇ ਖੇਤਰ ਦੇ ਵਿੱਚ ਕਿਸੇ ਫੀਲਡ ਦੇ ਵਿੱਚ ਆਪਣਾ ਕੋਈ ਵੱਖਰਾ ਕਰਨ ਦੀ ਕੋਸ਼ਿਸ਼ ਕਰਦਾ, ਅਸੀਂ ਉਹਨਾਂ ਨੂੰ ਸਾਡੇ ਚੈਨਲ ਦੇ ਜ਼ਰੀਏ ਪਬਲਿਕ ਦੇ ਵਿੱਚ ਲੈ ਕੇ ਆਈਏ, ਖੇਡ ਪ੍ਰੇਮੀਆਂ ਦੇ ਵਿੱਚ ਲੈ ਕੇ ਆਈਏ। ਸੋ ਤੁਹਾਡਾ ਇੱਕ ਵਾਰੀ ਫਿਰ ਸਾਡੇ ਵੱਲੋਂ ਬਹੁਤ ਬਹੁਤ ਧੰਨਵਾਦ। ਸੋ ਦੋਸਤੋ, ਅੱਜ ਆਪਾਂ ਨੇ ਸੁੱਖਾ ਚੱਕਾਂ ਵਾਲਾ ਵੱਡਾ ਖੇਡ ਪ੍ਰਮੋਟਰ ਅਤੇ ਨਾਲ ਹੀ ਸਾਡੇ ਬਾਈ ਜਤਿੰਦਰ ਜੌਹਲ ਜੀ, ਸਭ ਤੋਂ ਵੱਧ ਮਾਨ ਸਨਮਾਨ ਦੇਣ ਵਾਲੀ ਇਸ NRI ਜੋੜੀ ਦੇ ਨਾਲ ਅੱਜ ਤੁਹਾਨੂੰ ਮਿਲਵਾਇਆ। ਸੋ ਅਗਲੀ ਵਾਰੀ ਅਸੀਂ ਤੁਹਾਨੂੰ ਕਿਸੇ ਹੋਰ ਮਹਾਨ ਸ਼ਖਸੀਅਤ ਦੇ ਰੂਬਰੂ ਕਰਾਂਗੇ, ਉਦੋਂ ਤੱਕ ਮੈਨੂੰ ਦਿਓ ਆਗਿਆ। ਸਤਿ ਸ੍ਰੀ ਅਕਾਲ।